ਅਕਾਲੀ ਦਲ ਦੇ ਸੀਨੀਅਰ ਨੇਤਾ ਸੇਵਾ ਸਿੰਘ ਸੇਖਵਾਂ ਨੂੰ ਪੰਜਾਬ ਸਰਕਾਰ 'ਚ ਪੰਜਾਬ ਰਾਜ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਬੋਰਡ ਦੇ ਚੇਅਰਮੈਨ ਬਣਾਉਣ ਦਾ ਫੈਸਲਾ ਕੀਤਾ ਹੈ। ਇਸ ਫੈਸਲੇ ਨਾਲ ਸੇਖਵਾਂ ਨੂੰ ਰਾਜ ਮੰਤਰੀ ਦਾ ਦਰਜਾ ਮਿਲ ਗਿਆ ਹੈ। ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਇਸ ਬਾਰੇ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਸੇਖਵਾਂ ਵਿਧਾਇਕ ਦੀ ਚੋਣ ਹਾਰ ਗਏ ਸਨ। ਉਹਨਾਂ ਨੂੰ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੀ ਪਤਨੀ ਚਰਨਜੀਤ ਕੌਰ ਬਾਜਵਾ ਨੇ ਚੋਣ ਹਰਾਈ ਸੀ। ਪੰਜਾਬ ਸਰਕਾਰ ਦੇ ਇਸ ਐਲਾਨ ਤੋਂ ਬਾਅਦ ਉਹਨਾਂ ਦੇ ਹਲਕੇ 'ਚ ਦੀਵਾਲੀ ਵਰਗਾ ਮਾਹੌਲ ਹੈ ਅਤੇ ਉਹਨਾਂ ਦੇ ਘਰ ਵਧਾਈਆਂ ਦੇਣ ਦਾ ਤਾਂਤਾ ਲੱਗਾ ਹੋਇਆ ਹੈ। ਸੇਖਵਾਂ ਦਾ ਜਨਮ 10 ਅਪ੍ਰੈਲ 1950 ਨੂੰ ਹੋਇਆ ਸੀ। ਉਹ 14 ਸਾਲ ਤੱਕ ਅਧਿਆਪਕ ਵੀ ਰਹੇ। ਉਹਨਾਂ ਦਾ ਰਾਜਨੀਤਿਕ ਸਫ਼ਰ 1997 ਤੋਂ ਕਾਨੂੰਵਾਨ ਵਿਧਾਨ ਸਭਾ ਸੀਟ ਤੋਂ ਚੋਣ ਜਿੱਤ ਕੇ ਸ਼ੁਰੂ ਹੋਇਆ। ਉਹ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ 'ਚ 2 ਵਾਰ ਕੈਬਨਿਟ ਮੰਤਰੀ ਵੀ ਰਹੇ। ਉਹ SGPC ਦੇ ਸੀਨੀਅਰ ਮੈਂਬਰ ਵੀ ਹਨ। ਕਿ ਇਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਣਾ ਨੇ ਸਰਦਾਰ ਸੇਵਾ ਸਿੰਘ ਸੇਖਵਾਂ ਨੂੰ ਪਹਿਲਾਂ ਵੀ ਬੜਾ ਮਾਣ ਸਤਿਕਾਰ ਦਿੱਤਾ ਔਰ ਹੁਣ ਵੀ, ਕਿਉਂਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਣਾ ਦੇ ਨਾਲ ਇਹਨਾਂ ਦੇ ਪਿਤਾ ਜੀ ਸਵਰਗਵਾਸੀ ਜਥੇਦਾਰ ਉਜਾਗਰ ਸਿੰਘ ਸੇਖਵਾਂ, ਜਿਨ੍ਹਾਂ ਨੇ ਲੰਮਾ ਸਮਾਂ ਸ਼੍ਰੋਮਣੀ ਅਕਾਲੀ ਦਲ ਵਿੱਚ ਰਹਿ ਕੇ ਪੰਜਾਬ ਔਰ ਲੋਕਾਂ ਦੀ ਸੇਵਾ ਕੀਤੀ ਆ, ਔਰ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਲੋਕਾਂ ਦੀਆਂ ਦੁੱਖ ਤਕਲੀਫਾਂ ਨੂੰ ਲੈ ਕੇ ਔਰ ਲੰਮਾ ਸਮਾਂ ਜੇਲ੍ਹ ਯਾਤਰਾ ਵੀ ਕੀਤੀ ਆ, ਔਰ ਉਸੇ ਕਰਕੇ ਪਿਛਲੀ ਤਕਰੀਬਨ ਜੇ ਮੈਂ ਕਹਿ ਲਵਾਂ ਕਿ 2 ਪੀੜ੍ਹੀਆਂ ਤੋਂ ਸਰਦਾਰ ਬਾਦਲ ਦੇ ਪਰਿਵਾਰ ਨਾਲ ਸਰਦਾਰ ਸੇਵਾ ਸਿੰਘ ਸੇਖਵਾਂ ਦੇ ਪਰਿਵਾਰ ਦਾ ਨਾਤਾ ਰਿਹਾ, ਜਿਸ ਕਰਕੇ ਅੱਜ ਉਹਨਾਂ ਨੇ ਇਹ ਨਿਵਾਜਿਆ। ਇਹ ਤਾਂ ਹੀ ਕਿ ਜਦੋਂ ਕੋਈ ਕਿਸੇ 'ਤੇ ਪੂਰਾ ਅਤਬਾਰ ਹੋਵੇ, ਪਿਆਰ ਹੋਵੇ, ਤਾਂ ਇਹੋ ਜਿਹੇ ਜਿਹੜੇ ਆ ਰੁਤਬੇ ਦਿੱਤੇ ਜਾਂਦੇ ਆ। ਅਸੀਂ ਇਲਾਕੇ ਦੇ ਲੋਕ ਉਹਨਾਂ ਦਾ ਲੱਖ ਲੱਖ ਸ਼ੁਕਰਾਨਾ ਕਰਦੇ ਹਾਂ। ਬਹੁਤ ਹੀ ਖੁਸ਼ੀ ਆ, ਖਾਸ ਕਰਕੇ ਪਿੰਡ ਸੇਖਵਾਂ ਵਾਸੀਆਂ ਨੂੰ, ਜਿਨ੍ਹਾਂ ਦੇ ਪਿੰਡ ਦੇ ਜੰਮਪਲ ਸਰਦਾਰ ਸੇਵਾ ਸਿੰਘ ਸੇਖਵਾਂ ਨੂੰ ਰਾਜ ਮੰਤਰੀ ਦਾ ਅਹੁਦਾ ਦਿੱਤਾ। ਪਹਿਲਾਂ ਵੀ ਜਦੋਂ ਭਾਅ ਜੀ ਕੈਬਨਿਟ ਮੰਤਰੀ ਸਨ, ਬਹੁਤ ਹੀ ਵਿਕਾਸ ਦੇ ਕੰਮ ਕੀਤੇ। ਪਿਛਲੇ 5 ਦਿਨ ਇੱਥੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਰਹਿ ਕੇ ਗਏ ਆ। ਉਹਨਾਂ ਨੇ ਵਿਕਾਸ, ਸਾਰੇ ਹਲਕੇ ਦਾ ਵਿਕਾਸ ਵੇਖਿਆ। ਉਹਨਾਂ ਤੋਂ ਖੁਸ਼ ਹੋ ਕੇ ਇਹ ਇੱਕ ਸਾਡੇ ਪਿੰਡ ਨੂੰ ਹੋਰ ਇਨਾਮ ਮਿਲਿਆ, ਜਿਨ੍ਹਾਂ ਤੋਂ ਸਾਡੇ ਪਿੰਡ ਵਾਸੀ ਸੇਖਵਾਂ ਵਾਸੀ ਬਹੁਤ ਹੀ ਖੁਸ਼ ਨੇ। ਅਤੇ ਅੱਗੇ ਤੋਂ ਹਲਕਾ ਵਾਸੀ ਵੀ ਬਹੁਤ ਹੀ ਪ੍ਰਸੰਨ ਨੇ। ਸਾਰੇ ਪਿੰਡ 'ਚ ਲੱਡੂ ਵੰਡੇ ਜਾਣ ਰਹੇ ਨੇ, ਢੋਲ ਵੱਜਣ ਡਏ ਆ, ਬਹੁਤ ਖੁਸ਼ੀਆਂ ਹੋਣ ਰਹੀਆਂ ਨੇ। ਬਹੁਤ ਹੀ ਇਹਦੇ ਨਾਲ ਸਰਦਾਰ ਸੇਵਾ ਸਿੰਘ ਸੇਖਵਾਂ ਜੀ ਦਾ ਕੱਦ ਬਹੁਤ ਵੱਡਾ ਹੋਇਆ। ਅਸੀਂ ਅਤੇ ਸਾਰੇ ਹਲਕਾ ਨਿਵਾਸੀ ਬਹੁਤ ਖੁਸ਼ ਹਾਂ ਕਿ ਸਰਦਾਰ ਸੇਵਾ ਸਿੰਘ ਸੇਖਵਾਂ ਨੂੰ ਇਹ ਅਹੁਦਾ ਦਿੱਤਾ ਗਿਆ ਹੈ, ਅਤੇ ਉਮੀਦ ਕਰਦੇ ਹਾਂ ਕਿ ਅੱਗੇ ਵੀ ਵਿਕਾਸ ਕਾਫੀ ਹੋ ਰਿਹਾ ਹੈ ਅਤੇ ਅੱਗੇ ਹੋਰ ਵਿਕਾਸ ਹੋਏਗਾ ਅਤੇ ਸਾਰੇ ਹਲਕੇ ਵਾਸੀਆਂ ਦਾ ਭਲਾ ਹੋਏਗਾ। ਅਸੀਂ ਧੰਨਵਾਦੀ ਹਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੇ ਅਤੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੇ, ਜਿਨ੍ਹਾਂ ਨੇ ਇੰਨਾ ਮਾਣ ਬਖਸ਼ਿਆ ਹੈ। ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹਾਂ। ਹਲਕੇ ਦੇ ਵਿੱਚ ਵੀ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਨੇ। ਥੋੜ੍ਹੇ ਦਿਨ ਹੋਏ ਨੇ ਉਦੋਂ ਸਾਡੇ ਕੋਲ ਇੱਥੇ ਰਹਿ ਕੇ ਗਏ ਨੇ। ਕਾਫੀ ਉਹਨਾਂ ਨੇ ਪੈਸਾ ਜਿਹੜਾ ਉਹ ਪਿੰਡਾਂ ਦੇ ਵਿਕਾਸ ਵਾਸਤੇ ਦੇ ਕੇ ਗਏ ਨੇ। ਬਹੁਤ ਖੁਸ਼ ਨੇ ਲੋਕ, ਅਤੇ ਅਸੀਂ ਸਾਰਾ ਪਰਿਵਾਰ ਵੀ ਬਹੁਤ ਖੁਸ਼ੀ ਹਾਂ। ਬਾਦਲ ਸਾਹਿਬ ਦਾ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਹਾਂ। ਗੁਰਦਾਸਪੁਰ ਤੋਂ ਗੁਰਪ੍ਰੀਤ ਸਿੰਘ ਚਾਵਲਾ ਦੀ ਰਿਪੋਰਟ, 5 ਆਪ ਟੂਡੇ।